ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਕੱਲ੍ਹ ਇੱਕ ਨਵੀਂ ਖਬਰ ਸੁਣਨ ਨੂੰ ਮਿਲ ਰਹੀ ਹੈ, ਸਰਦਾਰ ਮਨਿੰਦਰ ਸਿੰਘ ਸਿਰਸਾ ਜੀ ਛੁੱਟੀ 'ਤੇ ਚਲੇ ਗਏ ਨੇ। ਪਹਿਲੇ ਸਰਦਾਰ ਮਨਜੀਤ ਸਿੰਘ ਜੀ ਕੇ ਜੀ ਛੁੱਟੀ 'ਤੇ ਚਲੇ ਗਏ ਸੀ ਆਪਣੀ ਪਾਵਰ ਕਾਲਕਾ ਜੀ ਨੂੰ ਦੇਖ ਕੇ। ਅੱਜ ਸਰਦਾਰ ਮਨਿੰਦਰ ਸਿੰਘ ਸਿਰਸਾ ਆਪਣੀ ਪਾਵਰ ਜੁਆਇੰਟ ਸਕੱਟਰੀ ਨੂੰ ਦੇਖ ਕੇ ਚਲੇ ਗਏ ਨੇ। ਇਹ ਕੀ ਲੁੱਕਾ ਛੁੱਪੀ ਦਾ ਖੇਲ ਖੇਲ ਰਹੇ ਨੇ? ਇਹਨਾਂ ਨੂੰ ਇਹ ਸਮਝ ਨਹੀਂ ਆ ਰਹੀ ਕਿ ਸੰਗਤ ਸਭ ਕੁਝ ਜਾਣਦੀ ਹੈ। ਜਿਹੜੇ ਤੁਸੀਂ ਇਹ ਲੁੱਕਾ ਛੁੱਪੀ ਦੇ ਖੇਡ ਖੇਲ ਰਹੇ ਹੋ, ਇਹ ਸੰਗਤ ਸਭ ਜਾਣ ਚੁੱਕੀ ਹੈ, ਇਹਦਾ ਕੋਈ ਫਾਇਦਾ ਨਹੀਂ। ਜਿਹੜੀਆਂ ਤੁਸੀਂ ਇਹ ਠੱਗੀਆਂ ਕੀਤੀਆਂ ਨੇ, ਇਹ ਸਾਰੀਆਂ ਸੰਗਤਾਂ ਨੂੰ ਪਤਾ ਲੱਗ ਚੁੱਕਾ ਹੈ। ਇਹ ਹੁਣ ਤੁਸੀਂ ਛੁੱਟ ਨਹੀਂ ਸਕਦੇ। ਤੁਸੀਂ ਜਿੰਨਾ ਮਰਜ਼ੀ ਸੰਗਤ ਨੂੰ ਜਿਹੜਾ ਮਰਜ਼ੀ ਜਿਹੜੇ ਤੁਸੀਂ ਘੱਲੂਘਾਰੇ ਕੀਤੇ ਨੇ, ਇਹ ਸੰਗਤ ਸਭ ਜਾਣ ਚੁੱਕੀ ਹੈ। ਔਰ ਇੱਕ ਗੱਲ ਹੋਰ ਦੱਸੀਏ ਤੁਹਾਨੂੰ, ਸਰਦਾਰ ਮਨਜੀਤ ਸਿੰਘ ਜੀ ਕੇ, ਅਗਰ ਤੁਹਾਨੂੰ ਲੱਗਦਾ ਹੈ ਕਿ ਜਿਹੜੀਆਂ ਤੁਸੀਂ ਇਹ ਠੱਗੀਆਂ ਕੀਤੀਆਂ ਨੇ, ਇਹਦਾ ਹਿਸਾਬ ਨਹੀਂ ਦੇਣਾ ਪਏਗਾ, ਇਹ ਤੁਸੀਂ ਭੁੱਲ ਜਾਓ, ਸੰਗਤ ਤੁਹਾਡੇ ਕੋਲ ਹਰ ਠੱਗੀ ਦਾ ਹਿਸਾਬ ਲਏਗੀ। ਜਿਹੜੀਆਂ ਠੱਗੀਆਂ ਤੁਸੀਂ ਕੀਤੀਆਂ ਨੇ, ਇਹ ਸੰਗਤ ਹੁਣ ਤੁਹਾਨੂੰ ਬਖਸ਼ਣ ਵਾਲੀ ਨਹੀਂ ਹੈ। ਔਰ ਮੈਂ ਇੱਕ ਗੱਲ ਹੋਰ ਕਹਾਂ, ਗੁਰੂ ਘਰ ਦੀ ਜਿਹੜੀ ਸੇਵਾ ਤੁਹਾਨੂੰ ਦਿੱਤੀ ਗਈ ਹੈ, ਉਹ ਸੰਗਤ ਨੇ ਤੁਹਾਨੂੰ ਆਗੂ ਬਣਾਇਆ ਸੀ ਕਿ ਸੇਵਾਦਾਰ ਬਣਾਇਆ ਸੀ ਕਿ ਸੇਵਾਦਾਰ ਬਣਾ ਕੇ ਤੁਹਾਨੂੰ ਪ੍ਰਧਾਨ ਬਣਾਇਆ, ਪ੍ਰਧਾਨ ਬਣਾ ਕੇ ਕਿ ਤੁਸੀਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਸਾਰੀਆਂ ਸੇਵਾਵਾਂ ਸੰਭਾਲੋ। ਅੱਜ ਜਿਹੜੀ ਤੁਸੀਂ ਕਹਿ ਰਹੇ ਹੋ ਕਿ ਤੁਹਾਨੂੰ ਸੰਗਤ ਨੇ ਜਿਹੜੀ ਸੇਵਾ ਸੌਂਪੀ ਸੀ, ਉਹ ਸੇਵਾ 'ਤੇ ਤੁਸੀਂ ਖਰੇ ਨਹੀਂ ਉਤਰੇ, ਅਤੇ ਅੱਜ ਤੁਸੀਂ ਅਗਰ ਇਹ ਆਪਣੇ ਆਪ ਨੂੰ ਸਮਝਦੇ ਹੋ, ਤਾਂ ਤੁਸੀਂ ਇੱਕ ਕੰਮ ਕਰੋ, ਸਰਦਾਰ ਮਨਜੀਤ ਸਿੰਘ ਜੀ ਕੇ ਦੁਬਾਰਾ ਇਲੈਕਸ਼ਨ ਕਰਾ ਕੇ ਦੇਖ ਲਓ, ਤੁਹਾਡਾ ਹੰਕਾਰ ਵੀ ਦੂਰ ਹੋ ਜਾਏਗਾ, ਅਤੇ ਸੰਗਤ ਜੀ ਦੁੱਧ ਦਾ ਦੁੱਧ ਔਰ ਪਾਣੀ ਦਾ ਪਾਣੀ ਹੋ ਜਾਏਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।